ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਖਾਲਸਾ ਸਾਜਣਾ ਸਿਰਜਣਾ ਦਿਸ਼ ਦੇ ਆ ਬਹੁਤ ਬਹੁਤ ਮੁਬਾਰਕਾਂ ਜੀ ਸਾਹਿਤ ਸੁਰ ਸੰਗਮ ਸਭਾ ਇਟਲੀ ਜੋ ਪਿਛਲੇ ਕੁਝ ਸਾਲਾਂ ਤੋਂ ਹੋਂਦ ਵਿੱਚ ਆਈ ਸੀ ਇਸ ਸਭਾ ਵੱਲੋਂ ਪੰਜਾਬੀ ਸਾਹਿਤ ਨੂੰ ਉੱਪਰ ਚੁੱਕਣ ਦੇ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਉਪਰਾਲਿਆਂ ਦੇ ਤਹਿਤ ਹੀ ਇਸ ਸਾਲ ਸਿੱਖ ਚੈਨਲ ਦੀ ਟੀਮ ਵੱਲੋਂ ਔਰ ਸਭਾ ਵੱਲੋਂ ਮਿਲ ਕੇ ਜੋ ਇੱਕ ਕਵੀ ਦਰਬਾਰ ਛੋਟਾ ਜਿਹਾ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਇਹ ਕਵੀ ਦਰਬਾਰ ਇਸ ਸਾਲ ਖਾਲਸਾ ਸਿਜਨਾ ਦਿਵਸ ਨੂੰ ਸਮਰਪਿਤ ਹੈ ਇਸ ਕਵੀ ਦਰਬਾਰ ਦੇ ਵਿੱਚ ਸਾਡੀ ਸਭਾ ਦੇ ਵੱਖ-ਵੱਖ ਕਵੀ ਆਪਣੀਆਂ ਨਜ਼ਮਾਂ ਪੇਸ਼ ਕਰਨਗੇ ਜੋ ਗੁਰੂ ਜੀ ਦੇ ਇਤਿਹਾਸ ਦੇ ਨਾਲ ਸੰਤਾਂ ਨੂੰ ਜੋੜਨਗੇ ਮੈਂ ਇਸ ਵਾਸਤੇ ਸਿੱਖ ਚੈਨਲ ਦੀ ਪੂਰੀ ਟੀਮ ਨੂੰ ਅਤੇ ਸੁਦਰਸ਼ਵਰਨ ਸਿੰਘ ਕੋਟਰਾ ਸਟੂਡੀਓ ਵਾਲਿਆਂ ਦਾ ਬਹੁਤ ਨੂੰ ਬਹੁਤ ਬਹੁਤ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਉਪਰਾਲਾ ਕਰਨ ਦੇ ਵਾਸਤੇ ਪ੍ਰੇਰਿਤ ਕੀਤਾ ਦੁਬਾਰਾ ਫਿਰ ਮੈਂ ਸਭਾ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਖਾਲਸਾ ਸੇਜਣਾ ਦੀ ਇਸ ਦੀਆਂ ਮੁਬਾਰਕਾਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਸਾਖੀ ਦੇ ਵਿਸ਼ੇਸ਼ ਪ੍ਰੋਗਰਾਮ ਤੇ ਸਭ ਸਿੱਖ ਜਗਤ ਨੂੰ ਬਹੁਤ ਬਹੁਤ ਮੁਬਾਰਕ ਵਧਾਈਆਂ ਕਿ ਇਸ ਸ਼ੁਭ ਅਫਸਰ ਤੇ ਸਾਹਿਦ ਸੁਰਸੰਗਮ ਸਭਾ ਵੱਲੋਂ ਇੱਕ ਛੋਟਾ ਜਿਹਾ ਮੁਸ਼ਾਇਰਾ ਪੇਸ਼ ਕਰ ਰਹੇ ਹਾਂ ਤੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਾਡੇ ਦਰਮਿਆਨ ਸਾਹਿਦ ਸੁਰਸੰਗਮ ਸਭਾ ਦੇ ਸਰਪ੍ਰਸਤ ਸਰਦਾਰ ਰਵੀਲ ਸਿੰਘ ਜੀ ਤੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਇੱਕ ਆਪਣੀ ਧਾਰਮਿਕ ਰਚਨਾ ਨਾਲ ਰੂਬਰੂ ਹੋਣ ਸਰਦਾਰ ਰਵੀਲ ਸਿੰਘ ਜੀ ਧੰਨਵਾਦ ਕਵਿਤਾ ਹੈ ਜੀ ਮੁਬਾਰਕ ਦਿਨ ਵਿਸਾਖੀ ਦਾ ਮੁਬਾਰਕ ਦਿਨ ਵਿਸਾਖੀ ਦਾ 1692 ਦਾ 1692 ਦਾ ਮੁਬਾਰਕ ਦਿਨ ਵਿਸਾਖੀ ਦਾ ਆਨੰਦਪੁਰ ਦੀ ਧਰਤ ਉੱਤੇ ਕੇਸ਼ਗੜ ਦੇ ਤਖਤ ਉੱਤੇ ਉਸ ਤਸ਼ਮੀਰ ਸ਼ਮਾਹੀ ਦਾ ਸੰਤ ਸਿਪਾਹੀ ਦਾ ਕਿਵੇਂ ਜੋਹ ਜਲਾਲ ਦਾ ਉਸ ਸਾਹਿਬੇ ਕਮਾਲ ਦਾ ਕਦੇ ਮੈਂ ਸੋਚਦਾ ਰਹਿਣਾ ਕਿਆ ਪੰਡਾਲ ਹੋਵੇਗਾ ਕਿਆ ਦਰਬਾਰ ਹੋਵੇਗਾ 1699 ਦਾ ਮੁਬਾਰਕ ਦਿਨ ਵਿਸਾਖੀ ਦਾ ਅਨੰਦਪੁਰ ਦੀ ਧਰਤ ਉੱਤੇ ਕੇਸ਼ਗੜ ਦੇ ਤਖਤ ਉੱਤੇ ਉਸ ਦਸ਼ਮੀਸ਼ ਮਾਹੀ ਦਾ ਸੰਤਿ ਸਿਬਾਹੀ ਦਾ ਕਿਨੀ ਜੋਹੋ ਜਲਾਲ ਦਾ ਉਹ ਸਾਹਿਬੇ ਕਮਾਲ ਦਾ ਕਦੇ ਮੈਂ ਸੋਚਦਾ ਰਹਿਨਾ ਕਿ ਆ ਪੰਡਾਲ ਹੋਵੇਗਾ ਕਿ ਆ ਦਰਬਾਰ ਹੋਵੇਗਾ ਹਜ਼ਾਰਾਂ ਦੇ ਇਕੱਠ ਅੰਦਰ ਹਜ਼ਾਰਾਂ ਦੇ ਇਕੱਠ ਅੰਦਰ ਬੜੇ ਹੀ ਜੋਸ਼ ਵਿੱਚ ਆ ਕੇ ਲਿਸ਼ਕਦੀ ਤੀਗ ਨੂੰ ਲੈ ਕੇ ਸਿਰਾਂ ਦੀ ਮੰਗ ਕੀਤੀ ਤੂੰ ਹਜ਼ਾਰਾਂ ਦੇ ਇਕੱਠ ਅੰਦਰ ਬੜੇ ਹੀ ਜੋਸ਼ ਵਿੱਚ ਆ ਕੇ ਲਿਸ਼ਕ ਦੀ ਤੇਗ ਨੂੰ ਲੈ ਕੇ ਸਿਰਾਂ ਦੀ ਮੰਗ ਕੀਤੀ ਤੋਂ ਜ਼ੁਲਮ ਦੇ ਖਾਤਲੇ ਖਾਤਮੇ ਬਦਲੇ ਜ਼ੁਲਮ ਦੇ ਖਾਤਮੇ ਬਦਲੇ ਕਿਵੇਂ ਪੰਜਾਂ ਨੇ ਆਪਣੇ ਸੀਸ ਗੁਰੂ ਲਈ ਭੇਟ ਕੀਤੇ ਸਨ ਜ਼ਬਰ ਨੂੰ ਠੱਲ ਪਾਵਨ ਲਈ ਜ਼ਾਲਮ ਨੂੰ ਮਿਟਾਵਨ ਲਈ ਪਿਆਰੇ ਬਣ ਗਏ ਪੰਜੇ ਸਿਤਾਰੇ ਬਨ ਗਏ ਪੰਜੇ ਜ਼ਬਰ ਨੂੰ ਠਲਨ ਪਾਵਨ ਲਈ ਜ਼ਾਲਮ ਨੂੰ ਮਿਟਾਵਨ ਲਈ ਪਿਆਰੇ ਬਨ ਗਏ ਪੰਜੇ ਸਿਤਾਰੇ ਬਨ ਗਏ ਪੰਜੇ ਤੇ ਫਿਰ ਖੰਡੇ ਦੀ ਪੁੱਠ ਦੇ ਕੇ ਤੇ ਫਿਰ ਖੰਡੇ ਦੀ ਪੁੱਠ ਦੇ ਕੇ ਪੰਜੇ ਬਾਣੀਆਂ ਪੜ ਕੇ ਪਿਲਾ ਕੇ ਜਾਮ ਅਮਰਦਾ ਬਣਾ ਕੋਈ ਸ਼ੀ ਕਮ ਸ਼ੇਰਾਂ ਦੀ ਬਣਾ ਕੇ ਕਮ ਸ਼ੇਰਾਂ ਦੀ ਕੋਈ ਜਾਦੂ ਸੀ ਜਾਂ ਕ੍ਰਿਸ਼ਮਾ ਕੋਈ ਜਾਦੂ ਸੀ ਜਾਂ ਕ੍ਰਿਸ਼ਮਾ ਕੋਈ ਚਮਤਕਾਰ ਹੋਵੇਗਾ ਮਰੀ ਸੋਚ ਤੋਂ ਬਾਹਰ ਤੇਰਾ ਕਿਰਦਾਰ ਹੋਵੇਗਾ ਤੇ ਫਿਰ ਖੰਡੇ ਦੀ ਪੁੱਠ ਦੇ ਕੇ ਪੰਜਾਂ ਬਾਣੀਆਂ ਪੜ ਕੇ ਪੰਜੇ ਬਾਣੀਆਂ ਪੜ ਕੇ ਪਿਲਾ ਕੇ ਜਾਮ ਅੰਮ੍ਰਿਤ ਦਾ ਬਣਾਈ ਕੌਮ ਸ਼ੇਰਾਂ ਦੀ ਕੋਈ ਜਾਦੂ ਸੀ ਜਾਂ ਕਿਸ਼ਮਾ ਕੋਈ ਚਮਤਕਾਰ ਹੋਵੇਗਾ ਮੇਰੀ ਇਸ ਸੋਚ ਤੋਂ ਬਾਹਰ ਤੇਰਾ ਕਿਰਦਾਰ ਹੋਵੇਗਾ ਸਜਾ ਕੇ ਖਾਲਸਾ ਦਾਤਾ ਤੂੰ ਸਜਾ ਕੇ ਖਾਲਸਾ ਦਾਤਾ ਤੂੰ ਫौलाਦੀ ਹੌਸਲੇ ਬਖਸ਼ੇ ਦੇਗੀ ਦਾਤ ਕੇ ਸਾਹ ਦੀ ਕੰਗਾ ਦੇ ਸਫਾਈ ਲਈ ਕਰਾ ਕਿਰਪਾਨ ਕੁਸ਼ਹਿਰਾ ਵਿਲਖਣ ਰੂਪ ਦੇ ਦਿੱਤਾ ਵਿਲਖਣ ਰੂਪ ਦੇ ਦਿੱਤਾ ਸ੍ਰੀ ਦਸਤਾਰ ਬਖਸ਼ੀ ਤੂੰ ਸ੍ਰੀ ਦਸਤਾਰ ਬਖਸ਼ੀ ਤੂੰ ਅਨੋਖੀ ਤਾਜ ਤੋਂ ਵਖਰੀ ਸ੍ਰੀ ਦਸਤਾਰ ਬਖਸ਼ੀ ਤੂੰ ਅਨੋਖੀ ਤਾਜ ਤੋਂ ਵਖਰੀ ਬਣਾ ਕੇ ਪੰਥ ਇੱਕ ਵੱਖਰਾ ਹੱਕ ਦੇ ਸੱਚ ਦੇ ਬਦਲੇ ਤੇ ਫਿਰ ਤੂੰ ਆਖਿਆ ਦਾਦਾ ਤੇ ਫਿਰ ਤੂੰ ਆਖਿਆ ਦਾਦਾ ਹੱਕ ਇਨਸਾਫ ਦੇ ਬਦਲੇ ਮੇਰਾ ਇਹ ਖਾਲਸਾ ਹਰਦਮ ਸਦਾ ਤਿਆਰ ਹੋਵੇਗਾ ਕਿਹਾ ਪੰਡਾਲ ਹੋਵੇਗਾ ਕਿਹਾ ਦਰਬਾਰ ਹੋਵੇਗਾ ਮੈਦਾਨੇ ਜੰਗ ਦੇ ਅੰਦਰ ਸਦਾ ਹੀ ਪਾਈ ਦੇਵੇਗਾ ਤੇ ਜ਼ਾਲਮ ਖੋਪਾਵੇਗਾ ਵੈਰੀ ਨੂੰ ਪੁਜਾਵੇਗਾ ਤੇ ਜ਼ਬਰਾਂ ਨੂੰ ਮਿਟਾਵੇਗਾ 1699 ਦਾ ਮੁਬਾਰਕ ਦਿਨ ਵਿਸਾਖੀ ਦਾ ਅਨੰਦਪੁਰ ਦੀ ਧਰਤ ਉੱਤੇ ਕੇਸਗੜ ਦੇ ਤਹਿਤ ਉੱਤੇ ਉਸ ਦਸ਼ਮੀਸ਼ ਮਾਹੀ ਦਾ ਸੰਤੀ ਸੁਬਾਹੀ ਦਾ ਕਿੰਵੀ ਜੋਹ ਜਲਾਲ ਦਾ ਉਸ ਸਾਹਿਬੇ ਕਮਾਲ ਦਾ ਕਦੇ ਮੈਂ ਸੋਚਦਾ ਰਹਿਣਾ ਕਿ ਹਾ ਪੰਡਾਲ ਹੋਵੇਗਾ ਕਿਹੜਾ ਦਰਵਾਰ ਹੋਵੇਗਾ ਹਜ਼ਾਰਾਂ ਦੇ ਇਕੱਠ ਅੰਦਰ ਬੜੇ ਹੀ ਜੋਸ਼ ਵਿੱਚ ਆ ਕੇ ਰਿਸ਼ਕ ਦੀ ਤੀਗ ਨੂੰ ਲੈ ਕੇ ਸਿਰਾਂ ਦੀ ਮੰਗ ਕੀਤੀ ਤੂੰ ਜ਼ੁਲਮ ਦੇ ਖਾਤਲੇ ਬਦਲੇ ਖਾਤਮੇ ਬਦਲੇ ਜ਼ੁਲਮ ਦੇ ਖਾਤਮੇ ਬਦਲੇ ਕਿਵੇਂ ਪੰਜਾਂ ਨੇ ਆਪਣੇ ਸੀਸ ਗੁਰੂ ਲਈ ਭੇਟ ਕੀਤੇ ਸਨ ਜ਼ਬਰ ਨੂੰ ਠੱਲ ਪਾਉਣ ਲਈ ਜ਼ਾਲਮ ਨੂੰ ਵਿਟਾਵਣ ਲਈ ਪਿਆਰੇ ਬਣ ਗਏ ਪੰਜੇ ਸਿਤਾਰੇ ਬਨ ਗਏ ਪੰਜੇ ਤੇ ਫਿਰ ਖੰਡੇ ਦੀ ਪੁੱਠ ਦੇ ਕੇ ਪੰਜੇ ਬਾਣੀਆਂ ਪੜ ਕੇ ਪਿਲਾ ਕੇ ਜਾਮ ਅੰਮ੍ਰਿਤ ਦਾ ਬਨਾਈ ਗਉਮ ਸ਼ੇਰਾਂ ਦੀ ਕੋਈ ਜਾਦੂ ਸੀ ਜਾਂ ਕਿਸ਼ਮਾ ਕੋਈ ਚਮਤਕਾਰ ਹੋਵੇਗਾ ਮੇਰੀ ਇਸ ਸੋਚ ਤੋਂ ਬਾਹਰ ਤੇਰਾ ਕਿਰਦਾਰ ਹੋਵੇਗਾ ਸਜਾ ਕੇ ਖਾਲਸਾ ਦਾਤਾ ਤੂੰ ਫੁਰਾਦੀ ਹੌਸਲੇ ਬਖਸ਼ੇ ਦੇ ਕੀ ਦਾਦ ਕੇਸਾਂ ਦੀ ਕੰਗਾ ਤੇ ਸਫਾਈ ਦੇ ਕੰਗਾ ਦੇ ਸਫਾਈ ਲਈ ਕੜਾ ਕਿਰਪਾਨ ਕਸ਼ੇਰਾ ਵਿਲੱਖਣ ਰੂਪ ਦੇ ਦਿੱਤਾ ਸ੍ਰੀ ਦਸਤਾਰ ਬਖਸ਼ੀ ਤੂੰ ਅਨੋਖੀ ਤਾਜ ਤੋਂ ਵੱਖਰੀ ਬਣਾ ਕੇ ਪੰਥ ਇੱਕ ਵੱਖਰਾ ਹੱਕ ਸੱਚ ਦੇ ਬਦਲੇ ਤੇ ਫਿਰ ਤੂੰ ਆਖਿਆ ਦਾਤਾ ਮੇਰਾ ਇਹ ਖਾਲਸਾ ਹਰਦਮ ਸਦਾ ਤਿਆਰ ਹੋਵੇਗਾ ਕਿਹਾ ਪੰਡਾਲ ਹੋਵੇਗਾ ਕਿਹ ਆ ਦਰਬਾਰ ਹੋਵੇਗਾ ਮੈਦਾਨੇ ਜੰਗ ਦੇ ਅੰਦਰ ਸਦਾ ਹੀ ਪੰਜ ਦੇਵੇਗਾ ਤੇ ਜ਼ਾਲਮ ਖੋਭ ਖਾਵੇਗਾ ਵੈਰੀ ਨੂੰ ਭਜਾਵੇਗਾ ਤੇ ਜ਼ਬਰਾਂ ਨੂੰ ਮਿਟਾਵੇਗਾ ਤੇ ਨਾਲੇ ਆਖਿਆ ਦਾਤਾ ਖਾਲਸਾ ਸ਼ਾਨ ਹੈ ਮੇਰੀ ਵਾਹ ਜੀ ਵਾਹ ਤੇ ਨਾਲੇ ਆਖਿਆ ਦਾਤਾ ਖਾਲਸਾ ਸ਼ਾਨ ਹੈ ਮੇਰੀ ਖਾਲਸਾ ਜਾਨ ਹੈ ਮੇਰੀ ਤੋ ਇਸ ਤੋਂ ਵਾਰਿਆ ਦਾਤਾ ਬੜਾ ਮਲਤਾਰਿਆ ਦਾਤਾ ਤੂੰ ਇਸ ਤੋਂ ਵਾਰਿਆ ਦਾਤਾ ਬੜਾ ਮਲਤਾਰਿਆ ਦਾਤਾ ਪਿਆਰੇ ਖਾਲਸੇ ਬਦਲੇ ਨਿਆਰੇ ਖਾਲਸੇ ਬਦਲੇ ਸਦਾ ਹੀ ਕੌਮ ਦੇ ਉੱਤੇ ਤੇਰਾ ਉਪਕਾਰ ਹੋਵੇਗਾ ਕਿਹਾ ਪੰਡਾਲ ਹੋਵੇਗਾ ਕਿਹਾ ਦਰਬਾਰ ਹੋਵੇਗਾ ਜਦੋਂ ਇਤਿਹਾਸ ਦੇ ਅੰਦਰ ਜਦੋਂ ਇਤਿਹਾਸ ਦੇ ਅੰਦਰ ਇਹ ਤੇਰਾ ਜ਼ਿਕਰ ਹੋਵੇਗਾ ਤੇਰੀ ਸੋਚ ਤੱਕ ਪੁਜਨਾ ਕੋਦ ਤੱਕ ਇਸ ਦਾ ਲਿਖਣਾ ਇਨਾ ਅਨਜਾਨ ਕਵੀਆਂ ਤੂੰ ਇਨਾ ਅਨਜਾਨ ਕਲਮਾਂ ਤੂੰ ਲੱਖਾਂ ਟਿੱਲਾ ਵੇਖਣ ਨਹੀਂ ਵਿਸਥਾਰ ਹੋਵੇਗਾ ਤੇਰੀ ਇਹ ਸੋਚ ਤੱਕ ਪੁਜਨਾ ਤੇਰੀ ਇਹ ਸੋਚ ਤੱਕ ਪੁਜਨਾ ਕੋਦ ਤੱਕ ਇਸ ਦਾ ਲਿਖਣਾ ਇਨਾ ਅਨਜਾਨ ਕਵੀਆਂ ਤੂੰ ਇਨਾ ਅਨਜਾਨ ਕਲਮਾਂ ਤੂੰ ਲਿਖੇ ਕਾਗਜ਼ਾਂ ਉੱਪਰ ਚੋਦੋਂ ਕਰ ਵਿਖਾਇਆ ਸੀ ਲੱਖਾਂ ਟਿੱਲਾ ਵੇਖਣ ਨਹੀਂ ਵਿਸਥਾਰ ਹੋਵੇਗਾ 1699 ਦਾ ਮੁਬਾਰਕ ਦਿਨ ਵਿਸਾਖੀ ਦਾ ਇਹ ਜਗਤ ਨੂੰ ਦੇਵਾਂ ਅੱਜ ਦੇ ਦਿਨ ਵਿਸਾਖੀ ਤੇ ਇਹ ਇਜ਼ਹਾਰ ਹੋਵੇਗਾ ਕਿ ਹਾ ਪੰਡਾਲ ਹੋਵੇਗਾ ਕਿ ਹਾ ਦਰਬਾਰ ਹੋਵੇਗਾ ਵਾਹ ਜੀ ਵਾਹ ਬਹੁਤ ਸੋਹਣੀ ਬਹੁਤ ਸੋਹਣੀ ਰਵੇਲ ਸਿੰਘ ਅੰਕਲ ਨੇ ਕਵਿਤਾ ਸੁਣਾਈ ਹੈ ਵਿਸਾਖੀ ਦੇ ਸੰਬੰਧ ਵਿੱਚ ਤੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਦਰਮਿਆਨ ਸਾਡੇ ਬਹੁਤ ਹੀ ਪਿਆਰਾ ਕਵੀ ਨੇ ਤੇ ਬੜੀ ਸੋਹਣੀਆ ਕਵਿਤਾਾਂਾਂ ਲਿਖ ਕੇ ਦੇਨੇ ਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਸਾਡੇ ਭਾਜੀ ਸੁਰਿੰਦਰ ਚੋਪਟੋ ਪਹਿਲਾਂ ਸਮੁੱਚੇ ਜਗਤ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਤੇ ਆਏ ਹੋਏ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਤੇ ਕਪਤਾ ਹਾਜ਼ਰ ਹੈ ਜੀ ਕਪਤਾ ਮੇਰੀ ਜੋ ਹੈ ਸਿਤਾਂਚਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਹੈ ਤੇ ਹਾਜ਼ਰੋ ਖਿਦਮਤ ਹੈ ਤਲਵੰਡੀ ਵਿੱਚ ਸੀ ਪ੍ਰਗਟ ਹੋਇਆ ਹੋਇਆ ਰੋਸ਼ਨ ਕੁੱਲ ਜਹਾਨ ਤਲਵੰਡੀ ਵਿੱਚ ਸੀ ਪ੍ਰਗਟ ਹੋਇਆ ਹੋਇਆ ਰੋਸ਼ਨ ਕੁੱਲ ਜਹਾਨ ਤਲਵੰਡੀ ਵਿੱਚ ਸੀ ਪ੍ਰਗਟ ਹੋਇਆ ਹੋਇਆ ਰੋਸ਼ਨ ਕੁੱਲ ਜਹਾਨ ਸੁਣ ਕੇ ਤੇਰੀ ਸੱਚੀ ਸਿੱਖਿਆ ਪਾਦਾ ਵੀ ਹੋਇਆ ਹੈਰਾਨ ਦੇਖ ਕੇ ਤੇਰੇ ਚੋਜ ਨਰਾਲੇ ਰਾਏ ਬਲਾਰਸੀ ਹੋਇਆ 당 ਸੱਚਾ ਸੌਦਾ ਕਿਵੇਂ ਕਰੀਦਾ ਮਰਦਾਨੇ ਨੂੰ ਲੈ ਕੇ ਸੰਗ ਸੱਚ ਦੀ ਹੱਟੀ ਕਿਵੇਂ ਕਰੀਦੀ ਜਗ ਤੇਰੇ ਤੋਂ ਸਿੱਖੇ ਸੱਚ ਨਮਾਜ਼ ਕਿਵੇਂ ਪੜੀਦੀ ਕਾਜੀ ਤੱਕ ਕੇ ਪੈ ਗਏ ਫਿੱਕੇ ਵਲੀ ਕੰਧਾਰੀ ਮੋਮਣ ਹੋ ਗਿਆ ਧਰਮ ਜਾਤ ਨੂੰ ਛੱਡ ਕੇ ਪਿੱਛੇ ਕਿਰਤੀ ਲਾਲੋ ਨੂੰ ਵੜਾਇਆ ਭਾਗੋ ਵਰਗੇ ਝੁੱਕ ਗਏ ਅੱਗੇ ਜਗਨਨਾਥਪੁਰੀ ਵਿੱਚ ਜਾ ਕੇ ਤੂੰ ਕਰਨੀ ਅਸਲ ਆਰਤੀ ਦੱਸੀ ਕਰਮ ਕਾਂਡ ਪਖੰਡ ਨੂੰ ਛੱਡ ਕੇ ਇੱਕ ਰੱਬ ਤੇ ਡੋਰੀ ਰੱਖੀ ਔਰਤ ਨੂੰ ਜਗ ਜਨਨੀ ਕਹਿ ਕੇ ਉਸ ਉਸ ਦੇ ਹੱਕ ਵਿੱਚ ਨਾਰਾ ਲਾਇਆ ਧਰਤੀ ਪਰਵਤ ਸਾਗਰ ਜਾ ਕੇ ਥਾਂ ਥਾਂ ਜਾ ਕੇ ਸਭ ਨੂੰ ਸਮਝਾਇਆ ਸਾਰੇ ਇੱਕ ਨੂਰ ਤੋਂ ਉਪਜੇ ਸਭਨਾ ਦੇ ਗਲ ਕੰਨੀ ਪਾਈ ਏਕ ਨੇਕ ਕਰਮ ਦੀ ਖੇਤੀ ਬੀਜੀ ਮਿਹਨਤ ਰਸਤੀ ਤੂੰ ਹੜਵਾ ਕੇ ਨਾਮ ਜਪੋ ਕਿਰਤ ਕਰੋ ਵੰਡ ਛਕੋ ਉਪਦੇਸ਼ ਸੁਣਾ ਕੇ ਗੁਰੂ ਨਾਨਕ ਦੀ ਸੋਭਾ ਨਿਆਰੀ ਤਨ ਗੁਰ ਨਾਨਕ ਤਨ ਗੁਰ ਨਾਨਕ ਅੱਜ ਪਈ ਕਹਿੰਦੀ ਦੁਨੀਆ ਸਾਰੀ ਬਾਬਾ ਦਰਸ ਦਿਖਾ ਆ ਕੇ ਤਨ ਗੁਰ ਨਾਨਕ ਮੈਂ ਬਲਿਹਾਰੀ ਹੁਣ ਤੁਹਾਡੇ ਨਾਲ ਆਪਣੀ ਰਚਨਾ ਸਾਂਝੀ ਕਰਨਗੇ ਸਰਦਾਰ ਮਲਕੀ ਸਿੰਘ ਜੀ ਧਾਰੀਬਲ ਤੇ ਲੋਪੇਸ਼ਨ ਆਪਣੀ ਰਚਨਾ ਲੈ ਕੇ ਬਹਾਗੁਰ ਜੀ ਦਾ ਖਾਲਸਾ ਸ੍ਰੀ ਬਹਾਗੁਰ ਜੀ ਕੀ ਫਤਿਹ ਖੂਨ ਸ਼ਹੀਦਾਂ ਦੇ ਨਾਲ ਸਿੰਜ ਕੇ ਅਣਖ ਦਾ ਬੂਟਾ ਲਾਇਆ ਅੱਜ ਜੜਾਂ ਦਰਾਡੇ ਪਹੁੰਚੀਆਂ ਹੈ ਸਾਰੀ ਧਰਤ ਤੇ ਛਾਇਆ ਬੇਹੱਦ ਸ਼ਾਂਗੂੜੀ ਇਸ ਰੁੱਖ ਦੀ ਪੱਤਾ ਪੱਤਾ ਗਿਆ ਸਲਾਇਆ ਰੰਗੀ ਦੁਨੀਆ ਤੱਕ ਜਾਦ ਰਹੁ ਇਹ ਜੋ ਕਰਮ ਕਮਾਇਆ ਮਾਂ ਧਰਤੀ ਇਹ ਆਨੰਦpur ਦੀਏ ਸਦਾ ਬਸਦਾ ਰਹੇ ਇਹ ਦੁਆਰਾ ਇੱਥੇ ਤੇਰੇ ਸੁਪੁੱਤਰ ਗੋਬਿੰਦ ਸਿੰਘ ਨੇ ਹੈ ਸਾਜਿਆ ਪੰਥ ਨਿਆਰਾ ਭਰੇ ਦੀਵਾਨ ਵਿੱਚੋਂ ਛਾਟ ਲੈ ਸਿੱਧਕੀ ਪੰਜ ਪਿਆਰੇ ਨੀਲਾ ਬਾਣਾ ਖਾਲਸਾ ਰੂਹਾ ਸਤਮੁਛ ਲੱਗਣ ਸtare ਨੀ ਕੌਮ ਬਬਰਾਂ ਦੀ ਜਿਸ ਦਾ ਕਲਗੀ ਧਰ ਅਖਤਿਆਰਾ ਮਾ ਧਰਤੀ ਆਨੰਦਪੁਰ ਦੀਏ ਸਦਾ ਵਸਦਾ ਰਹੇ ਇਹ ਦੁਆਰਾ ਇੱਥੇ ਤੇਰੇ ਸੁਪੁੱਤਰ ਗੋਬਿੰਦ ਸਿੰਘ ਨੇ ਆ ਸਾਜਿਆ ਪੰਥ ਨਿਆਰਾ ਸ਼ਿਵਾਲਕ ਪਹਾੜੀਆਂ ਦੀ ਵੱਖ ਚੋਂ ਹੀਰਿਆਂ ਚਮਕ ਦਿਖਾਈ ਮੁੱਖੋਂ ਬੋਲੇ ਸੋਨਿਹਾਲ ਦੀ ਦਿੱਤੀ ਗੜਗੱਜ ਸੁਣਾਈ ਸ਼ਿਵਾਲਕ ਪਹਾੜੀਆਂ ਦੀ ਵੱਖ ਚੋਂ ਹੀਰਿਆਂ ਚਮਕ ਦਿਖਾਈ ਮੁੱਖ ਚੋਂ ਬੋਲੇ ਸੋਨਿਹਾਲ ਦੀ ਦਿੱਤੀ ਗੜਗੱਜ ਸੁਣਾਈ ਸੰਗਤਾਂ ਨੇ ਵੀ ਸਤਿ ਸ੍ਰੀ ਅਕਾਲ ਦਾ ਛੱਡ ਦਿੱਤਾ ਜਕਾਰਾ ਮਾਂ ਧਰਤੀ ਆਨੰਦਪੁਰ ਦੀਏ ਸਦਾ ਬਸਦਾ ਰਹੇ ਇਹ ਦੁਆਰਾ ਇੱਥੇ ਤੇਰੇ ਸੁਪੁੱਤਰ ਗੋਵਿੰਦ ਸਿੰਘ ਨੇ ਹੈ ਸਾਜਿਆ ਪੰਥ ਨਿਆਰਾ ਕੇਸਰੀ ਨਿਸ਼ਾਨ ਬਣ ਗਿਆ ਹੈ ਪੱਕਾ ਅੰਬਰਾਂ ਦਾ ਸਾਥੀ ਤੇਜ਼ ਧਰ ਖੰਡਾ ਲਿਸ਼ਕਾ ਮਾਰਦਾ ਕੋਈ ਰਹੇ ਨਾ ਕੀ ਸਰਦਾ ਨਾਲ ਚੋਲਾ ਸਾਹਿਬ ਪਹਿਨਾਮ ਦਾ ਸਰਦਾ ਨਾਲ ਚੋਲਾ ਸਾਹਿਬ ਪਹਿਨਾਬ ਦਾ ਗੁਰੂ ਦਾ ਪਿਆਰਾ ਮਾਂ ਧਰਤੀ ਆਨੰਦਪੁਰ ਦੀਏ ਸਦਾ ਬਸਦਾ ਰਹੇ ਇਹ ਦਵਾਰਾ ਇੱਥੇ ਤੇਰੇ ਸੁਪੁੱਤਰ ਗੋਬਿੰਦ ਸਿੰਘ ਨੇ ਐ ਸਾਜਿਆ ਪੰਥ ਨਿਆਰਾ ਉਠੂਰੀਆ ਜੁੱਗੋ ਜੁੱਗ ਟਾਲ ਰਹੁ ਦਸਮੇਸ਼ ਦਾ ਕਹਿਣਾ ਖਾਲਸਾ ਮੇਰੋ ਰੂਪ ਹੈ ਖਾਸ ਕੂਹਾਂ ਤੋਂ ਸੁਨਾਖਤ ਕਰ ਲੈਣਾ ਸ੍ਰੀ ਅਕਾਲ ਤਖਤ ਸਾਹਿਬ ਨੇ ਰਹਿਣਾ ਖੁਦ ਮੁਖਤਿਆਰਾ ਮਾਂ ਧਰਤੀ ਆਨੰਦਪੁਰ ਦੀਏ ਸਦਾ ਬਸਦਾ ਰਹੇ ਇਹ ਦਵਾਰਾ ਇੱਥੇ ਤੇਰੇ ਸੁਪੁੱਤਰ ਗੋਬਿੰਦ ਸਿੰਘ ਨੇ ਐ ਸਾਜਿਆ ਪੰਥ ਨਿਆਰਾ ਮਾਂ ਧਰਤੀਏ ਆਨੰਦਪੁਰ ਦੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਬਹੁਤ ਸੋਹਣੀ ਕਵਿਤਾ ਸੁਣਾਈਅਤ ਮਾਂ ਧਰਤੀਏ ਤੇਰਾ ਬਸਤਾ ਰਹਿ ਸਦਾ ਚਬਾਰਾ ਤੇ ਹੁਣ ਮੈਂ ਪੇਸ਼ ਕਰਾਂਗਾ ਸਾਡੇ ਦਰਮਿਆਨ ਸਾਡੇ ਬਹੁਤ ਹੀ ਸੋਹਣੇ ਕਵੀ ਸ਼੍ਰੀ ਸਾਬਰ ਅਲੀ ਜੀ ਤੇ ਲਓ ਸਾਬਰ ਅਲੀ ਜੀ ਆਪਣੀ ਕਵਿਤਾ ਲੈ ਕੇ ਪੇਸ਼ ਹੋਣ ਨੇ ਸਾਬਰ ਅਲੀ ਜੀ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਜਗਤ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਇਸ ਸ਼ੁਭअवसर ਤੇ ਕੁਝ ਸਤਰਾਂ ਦੁਆਰਾ ਸਿੱਖ ਨੂੰ ਇੱਕ ਛੋਟਾ ਜਿਹਾ ਸੰਦੇਸ਼ ਦੇਣ ਲੱਗਾ ਹਾਂ ਸੋ ਕਿਰਪਾ ਕਰਕੇ ਇਸ ਤੇ ਜ਼ਰੂਰ ਅਮਲ ਕਰਨਾ ਦਸ਼ਮ ਗੁਰੂ ਦੇ ਪਿਆਰੇ ਸਿੰਘੋ ਕਰਦੇ ਰਹੋ ਸਦਾ ਸਤਿਕਾਰ ਵਿੱਚ ਅਨੰਦਪੁਰ ਸਾਹਿਬ ਦੇ ਜੋ ਗੁਰੂ ਨੇ ਬਖਸ਼ੇ ਪੰਜ ਕਕਾਰ ਕੱਚ ਕੜਾ ਕੇ ਇਸ ਕਿਰਪਾਨ ਕੰਗਾ ਦੀ ਕੱਚ ਕੜਾ ਕੇ ਇਸ ਕਿਰਪਾਨ ਕੰਗਾ ਦੀ ਬੜੀ ਅਹਿਮियत ਭਾਰੀ ਵੱਡੀਆਂ ਕੁਰਬਾਨੀਆਂ ਦੇ ਨਾਲ ਮਿਲੀ ਤੁਹਾਨੂੰ ਇਹ ਸਰਦਾਰੀ ਰੱਖੋ ਦਾੜੀਆਂ ਕੇਸ਼ ਸਾਂਭ ਕੇ ਰੱਖੋ ਦਾੜੀਆਂ ਕੇਸ਼ ਸਾਂਭ ਕੇ ਸਿਰ ਤੇ ਬੰਨੀ ਹੋਏ ਦਸਤਾਰ ਦਸ਼ਮ ਗੁਰੂ ਦੇ ਪਿਆਰੇ ਸਿੰਘੋ ਕਰਦੇ ਰਹੋ ਸਦਾ ਸਤਿਕਾਰ ਵਿੱਚ ਅਨੰਦਪੁਰ ਸਾਹਿਬ ਦੇ ਜੋ ਗੁਰੂ ਨੇ ਬਖਸ਼ੇ ਪੰਜ ਕਕਾਰ ਪੀਓ ਪੌਲ ਖੰਡੇ ਬਾਟੇ ਦਾ ਪੀਓ ਪੌਲ ਖੰਡੇ ਬਾਟੇ ਦਾ ਬਣੋ ਖਾਲਸਾ ਸਿੰਘ ਸਾਜ ਜਾਓ ਬੈਰੀ ਅੱਗੇ ਹਿੱਕ ਤਾਣ ਲਾਓ ਮਜਲੂਮਾਂ ਨੂੰ ਨਾ ਡਰੋ ਨਿੱਤ ਨੇਮ ਨਾਲ ਜਾਪ ਕਰੋ ਜੀ ਨਿੱਤ ਨੇਮ ਨਾਲ ਜਾਪ ਕਰੋ ਜੀ ਬਾਣੀ ਦੇ ਨਾਲ ਕਰੋ ਪਿਆਰ ਦਸ਼ਮ ਗੁਰੂ ਦੇ ਪਿਆਰੇ ਸਿੰਘੋ ਕਰਦੇ ਰਹੋ ਸਦਾ ਸਤਿਕਾਰ ਵਿੱਚ ਅਨੰਦਪੁਰ ਸਾਹਿਬ ਦੇ ਜੋ ਗੁਰੂ ਨੇ ਬਖਸ਼ੇ ਪੰਜ ਕਕਾਰ ਸ਼ੇਰਾਂ ਦੀ ਤੁਸੀਂ ਕੌਮ ਕਹਾਓ ਸ਼ੇਰਾਂ ਦੀ ਤੁਸੀਂ ਕੌਮ ਕਹਾਓ ਗੁਰੂ ਗੋਬਿੰਦ ਸਿੰਘ ਦੇ ਤੁਸੀਂ ਲਾਲ ਸਿੱਖੀ ਵਾਲੀ ਜੋਤ ਦਿਨਾਂ ਵਿੱਚ ਜਗਦੀ ਰੱਖਣਾ ਵਾਂਗ ਮਸ਼ਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਾਬਰ ਚੁਕਦਾ ਬਾਰੋ-ਬਾਰ ਦਸ਼ਮ ਗੁਰੂ ਦੇ ਪਿਆਰੇ ਸਿੰਘੋ ਕਰਦੇ ਰਹੋ ਸਦਾ ਸਤਿਕਾਰ ਵਿੱਚ ਅਨੰਦਪੁਰ ਸਾਹਿਬ ਦੇ ਜੋ ਗੁਰੂ ਨੇ ਬਖਸ਼ੇ ਪੰਜ ਕਕਾਰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਵਿਸਾਖੀ ਦੇ ਸੰਦਰਭ ਵਿੱਚ ਜਦੋਂ ਕੋਈ ਕੋਈ ਮਨਮੁਖ ਜਦ ਗੁਰਮੁਖ ਹੋ ਜਾਂਦਾ ਹੈ ਤਾਂ ਉਸ ਨੂੰ ਦੁਨਿਆਵੀ ਗਹਿਣਿਆਂ ਨਾਲੋਂ ਪੰਜ ਕਕਾਰੀ ਗਹਿਣਿਆਂ ਦੀ ਖੂਬਸੂਰਤੀ ਦਾ ਵੱਖਰਾ ਆਨੰਦ ਆਉਂਦਾ ਹੈ ਸੋ ਆਪਣੇ ਬਾਜਾਂ ਵਾਲੇ ਮਾਹੀ ਤੋਂ ਮਿਲੇ ਗਹਿਣਿਆਂ ਪ੍ਰਤੀ ਭਾਵਨਾ ਸੰਪੂਰਨ ਸਿੰਘ ਦੀਆਂ ਬੇਚੇ ਮੈਨੂੰ ਮੇਰੇ ਮਾਹੀ ਐਸੇ ਗਹਿਣੇ ਪੰਜ ਪਾਏ ਨੇ ਮੈਨੂੰ ਮੇਰੇ ਮਾਹੀ ਐਸੇ ਗਹਿਣੇ ਪੰਜ ਪਾਏ ਨੇ ਬਦਲ ਗਈ ਜ਼ਿੰਦਗੀ ਹੀ ਜਦੋਂ ਉਹਦੇ ਸਜਾਏ ਨੇ ਮੈਨੂੰ ਮੇਰੇ ਮਾਹੀ ਐਸੇ ਗਹਿਣੇ ਪੰਜ ਪਾਏ ਨੇ ਪਤਾ ਨਹੀਂ ਇਹ ਗਹਿਣੇ ਮਹਿੰਗੇ ਕਿੰਨੇ ਪਏ ਹੋਣੇ ਨੇ ਮੇਰਾ ਕਰ ਦੁੱਖ ਮਾਹੀ ਕਿੰਨੇ ਸਹੇ ਹੋਣੇ ਨੇ ਰਾਣਾ ਸਿਆਮ ਮਾਹੀ ਨੇ ਮੈਨੂੰ ਬੜਾ ਸਤਕਾਰਿਆ ਆਪਣਾ ਹੀ ਰੂਪ ਕਹਿੰਦਾ ਤੇਰੇ ਤੇ ਉਭਾਰਿਆ ਰਾਣਾ ਸਿਆ ਮਾਹੀ ਨੇ ਮੈਨੂੰ ਬੜਾ ਸਤਿਕਾਰਿਆ ਆਪਣਾ ਹੀ ਰੂਪ ਕਹਿੰਦਾ ਤੇਰੇ ਤੇ ਉਭਾਰਿਆ ਥੋਲਿਆ ਇਹ ਗੁਣ ਬਾਜਾਂ ਵਾਲੇ ਦੇ ਮੈਂ ਗਾਏ ਨੇ ਬਦਲ ਗਈ ਜ਼ਿੰਦਗੀ ਜਦੋਂ ਦੇ ਸਜਾਏ ਨੇ ਮੈਨੂੰ ਮੇਰੇ ਮਾਹੀ ਐਸੀ ਗਹਿਣੇ ਪੰਜ ਪਾਏ ਕੋਈ ਕਾਰ ਕਰੇ ਕੋਈ ਉਪਕਾਰ ਕਰੇ ਕੋਈ ਕਾਰ ਕਰੇ ਕੋਈ ਉਪਕਾਰ ਕਰੇ ਬਣ ਕੇ ਗੋਬਿੰਦ ਜਿਹਾ ਪਰ ਉਪਕਾਰੀਤਾ ਦਿਖਾ ਪਹਿਲਾਂ ਪਿਓ ਵਾਰੇਆ ਫਿਰ ਪੁੱਤ ਵਾਰੇ ਪਹਿਲਾ ਪਿਓ ਵਾਰਿਆ ਫੇਰ ਪੁੱਤ ਵਾਰੇ ਪਰਿਵਾਰ ਵਾਰਨ ਵਾਲਾ ਬਣ ਕੇ ਸਰਬੰਸ ਦਾਨੀ ਤਾਂ ਦਿਖਾ ਤਾੜੀ ਮਾਰ ਕੇ ਤੁਰਿਆ ਪੁੱਤ ਤੇ ਨਾ ਪਾਇਆ ਕਫਨ ਤਾੜੀ ਮਾਰ ਕੇ ਤੁਰਿਆ ਪੁੱਤ ਤੇ ਨਾ ਪਾਇਆ ਕਫਨ ਬਣ ਕੇ ਇਹੋ ਜਿਹਾ ਤਿਆਗੀ ਬਲਹਾਰੀ ਤਾਂ ਦਿਖਾ ਕੋਸਾਂ ਦੂਰ ਬੈਠੇ ਸੂਬੇਦਾਰ ਦੇ ਪਾਵੇ ਚ ਮਾਰ ਤੀਰ ਕੋਸਾਂ ਦੂਰ ਬੈਠੇ ਸੂਬੇਦਾਰ ਦੇ ਪਾਵੇ ਚ ਮਾਰ ਤੀਰ ਉਹੋ ਜਿਹਾ ਨਿਸ਼ਾਨਚੀ ਅਲੋਕਿਕ ਖਿਡਾਰੀ ਤਾਂ ਦਿਖਾ ਪਿੱਛੇ 10 ਲੱਖ ਫੌਜ ਉਹ ਸਰਸਾ ਕੰਢੇ ਕਰੇ ਕੀਰਤਨ ਆਸਾ ਦੀ ਵਾਰ ਦਾ ਐਸਾ ਪੁਜਾਰੀ ਤਾਂ ਦਿਖਾ ਹੁਣ ਚੱਲ ਪੇ ਦੋ ਪਈਏ 8 ਪਈਏ ਚਾ 10 ਪਈਏ ਵਾਹਣ ਉਹ ਕਰਦਾ ਨੀਲੇ ਦੀ ਛਾ ਅਸਵਾਰੀ ਤਾਂ ਦਿਖਾ ਬਾਣੀ ਸੁਣਦੇ ਸੁਣਦੇ ਸਣੇ ਦੇ ਹੀ ਪਹੁੰਚਣ ਸੱਚਖੰਡ ਬਾਣੀ ਸੁਣਦੇ ਸੁਣਦੇ ਪੁੰਛਣੇ ਦੇ ਹੀ ਪੁੰਚਣ ਸਤਖੰਡ ਮਣੀ ਦੀਪ ਸਿੰਘ ਜਿਹੇ ਸਰੋਤੇ ਸਤਕਾਰੀ ਤਾਂ ਦਿਖਾ ਝੋਲੀ ਨਾਲ ਮਰਾਦਾ ਭਰ ਦੂ ਤੇਰੀ ਉਹਦੇ ਦਰ ਦਾ ਬਣ ਕੇ ਭਖਾਰੀ ਤਾਂ ਦਿਖਾ ਉਹ ਸਦੀਆਂ ਤੋਂ ਚੱਲ ਰਿਹਾ ਵਿਹਾਂ ਦਾ ਲਾਇਆ ਹੋਇਆ ਲੰਗਰ ਸਦੀਆਂ ਤੋਂ ਚੱਲ ਰਿਹਾ ਵਿਹਾਂ ਦਾ ਲਾਇਆ ਹੋਇਆ ਲੰਗਰ ਉਹ ਬਾਬੇ ਨਾਨਕ ਜਿਹਾਂ ਬਣ ਕੇ ਵਪਾਰੀ ਤਾਂ ਦਿਖਾ ਆਪਣੀ ਸ਼ਹੀਦੀ ਲਈ ਆਪ ਹੀ ਥਾਂ ਚੁਣ ਲਵੇ ਆਪਣੀ ਸ਼ਹੀਦੀ ਲਈ ਆਪ ਹੀ ਥਾਂ ਚੁਣ ਲਵੇ ਸੰਤ ਜਰਨੈਲ ਸਿੰਘ ਜਿਹਾ ਬਣ ਕੇ ਮੌਤ ਦਾ ਸ਼ਿਕਾਰੀ ਤਾਂ ਦਿਖਾ ਉਹ ਬਾਬੇ ਨਾਨਕ ਜਿਹਾ ਬਣ ਕੇ ਵਪਾਰੀ ਤਾਂ ਦਿਖਾ ਆਸਾ ਦੀ ਵਾਰ ਦਾ ਬਣ ਕੇ ਪੁਜਾਰੀ ਤਾਂ ਦਿਖਾ ਉਹ ਗੁਰੂ ਗੋਬਿੰਦ ਸਿੰਘ ਜਿਹਾ ਬਣ ਕੇ ਪਰਉਪਕਾਰੀ ਤਾਂ ਦਿਖਾ ਉਹ ਸੰਤ ਜਰਨੈਲ ਸਿੰਘ ਜਿਹਾ ਮੌਤ ਦਾ ਸ਼ਿਕਾਰੀ ਤਾਂ ਦਿਖਾ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਈ ਮੇਰੇ ਵੱਲੋਂ ਸਮੂਹ ਸਿੱਖ ਜਗਤ ਅਤੇ ਸਿੱਖ ਚੈਨਲ ਦੇਖਣ ਵਾਲਿਆਂ ਨੂੰ ਖਾਲਸਾ ਦੇ ਜਨਮ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਮੈਂ ਖਾਲਸਾ ਜੀ ਦੇ ਇਸ ਜਨਮ ਦਿਹਾੜੇ ਦੇ ਸਬੰਧ ਵਿੱਚ ਇੱਕ ਨਜ਼ਮ ਪੇਸ਼ ਕਰਨ ਜਾ ਰਿਹਾ ਹਾਂ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਦੇ ਵਿੱਚ ਹੈ ਦੁਨੀਆ ਅੰਦਰ ਬੜੇ ਆਏ ਪੀਰ ਪੈਗੰਬਰ ਤੇ ਆਉਂਦੇ ਰਹਿਣਗੇ ਦੁਨੀਆ ਅੰਦਰ ਬੜੇ ਆਏ ਪੀਰ ਪੈਗੰਬਰ ਤੇ ਆਉਂਦੇ ਰਹਿਣਗੇ ਦਾਨੀਆਂ ਵੀ ਬੜਾ ਨਾਮ ਕਮਾਇਆ ਤੇ ਕਮਾਉਂਦੇ ਰਹਿਣਗੇ ਦਾਨੀਆਂ ਵੀ ਬੜਾ ਨਾਮ ਕਮਾਇਆ ਤੇ ਕਮਾਉਂਦੇ ਰਹਿਣਗੇ ਪਰ ਬਾਜਾਂ ਵਾਲਿਆ ਤੇਰੀ ਗੱਲ ਵੱਖਰੀ ਤੇਰੀ ਸ਼ਾਨ ਵੱਖਰੀ ਪੁੱਤਰਾਂ ਦੇ ਦਾਨੀਆਂ ਤੇਰੇ ਖਾਲਸੇ ਦੇ ਝੰਡੇ ਸਦਾ ਝੂਲਦੇ ਰਹਿਣਗੇ ਪੁੱਤਰਾਂ ਦੇ ਦਾਨੀਆਂ ਤੇਰੇ ਖਾਲਸੇ ਦੇ ਝੰਡੇ ਸਦਾ ਝੂਲਦੇ ਰਹਿਣਗੇ ਕੁਰਬਾਨੀ ਦੀ ਕਰ ਸਿਖਰ ਕੁਰਬਾਨੀ ਦੀ ਕਰ ਸਿਖਰ ਟੁੱਟੇ ਜਿਗਰ ਦੇ ਜੋੜਾ ਜੋੜਾ ਵਾਰਤੇ ਕੌਣ ਖਾਤਰ ਗੈਰਾਂ ਦੀ ਪਿਓ ਦਾ ਅਸੀਸ ਕਟਾਮਦਾਈ ਕੌਣ ਹੋ ਸਕਦਾ ਤੇਰੇ ਜਿਹਾ ਉੱਚ ਦਾ ਪੀਰ ਦਾਤਿਆ ਕੌਣ ਸਜਾ ਕੇ ਆਪੇ ਪੰਥ ਨੂੰ ਆਪੇ ਗੁਰ ਤੇ ਆਪੇ ਗੁਰਤੀ ਲਾਖਵਾਮਦਾਈ ਗਵਾਕੇ ਤਾਜ ਤਖਤ ਤੇ ਪਰਿਵਾਰ ਸਾਰਾ ਹੋਵੇ ਨਾ ਅੱਖ ਸਿੱਲੀ ਗਵਾਕੇ ਤਾਜ ਤਖਤ ਤੇ ਪਰਿਵਾਰ ਸਾਰਾ ਹੋਵੇ ਨਾ ਅੱਖ ਸਿੱਲੀ ਕੌਣ ਵਾਂਗ ਤੇਰੇ ਸ਼ੁਕਰ ਰੱਬ ਦਾ ਦੱਸਦਾ ਤਿਆ ਫਿਰ ਮਨਾਮ ਦਾਈ ਕੌਣ ਵਾਂਗ ਤੇਰੇ ਸ਼ੁਕਰ ਰੱਬ ਦਾ ਦੱਸਦਾ ਤਿਆ ਫਿਰ ਮਨਾਮ ਦਾਈ ਤੇਰੀ ਕੁਰਬਾਨੀਆਂ ਦੀ ਨਾ ਮਿਸਾਲ ਕੋਈ ਜੱਗ ਤੇ ਮਿਲ ਸਕਦੀ ਤੇਰੀ ਕੁਰਬਾਨੀਆਂ ਦੀ ਨਾ ਮਿਸਾਲ ਕੋਈ ਜੱਗ ਤੇ ਮਿਲ ਸਕਦੀ ਚਾਹੇ ਵਰਕਾ ਵਰਕਾ ਦੁਨੀਆ ਦੇ ਇਤਿਹਾਸ ਦਾ ਫਰੋਲੀ ਏ ਜੀ ਚਹਲ ਕੌਮ ਅਜ ਜਾਵੇ ਨਿੱਗਰ ਦੀ ਚਹਲ ਕੌਮ ਅਜ ਜਾਵੇ ਨਿੱਗਰ ਦੀ ਸੋਚੀਏ ਕੁਝ ਵਿਚਾਰੀਏ ਜੀ ਵੇਲਾ ਨਹੀਂ ਸੌਣ ਦਾ ਪਉ ਜਾਗਣਾ ਵੇਲਾ ਨਹੀਂ ਸੌਣ ਦਾ ਪਉ ਜਾਗਣਾ ਬੰਦ ਹੋਈ ਅੱਖ ਨੂੰ ਹੁਣ ਖੋਲੀਏ ਜੀ ਚਾਲ ਕੌਮ ਅਜ ਜਾਵੇ ਨਿੱਗਰ ਦੀ ਸੋਚੀਏ ਕੁਝ ਵਿਚਾਰੀਏ ਜੀ ਵੇਲਾ ਨਹੀਂ ਸੌਣ ਦਾ ਪਉ ਜਾਗਣਾ ਬੰਦ ਹੋਈ ਅੱਖ ਨੂੰ ਹੁਣ ਖੋਲੀਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਹਿਦ ਸੁਰ ਸੰਗਮ ਸਭਾ ਇਟਲੀ ਵੱਲੋਂ ਸਿੱਖ ਚੈਨਲ ਅਤੇ ਸਮੂਹ ਸਿੱਖ ਜਗਤ ਨੂੰ ਸਾਹਿਦ ਸੁਰ ਸੰਗਮ ਸਭਾ ਇਟਲੀ ਵੱਲੋਂ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਅਤੇ ਸਿੱਖ ਚੈਨਲ ਦੇਖਣ ਵਾਲੀਆਂ ਸੰਗਤਾਂ ਨੂੰ ਆਪਣੇ ਵੱਲੋਂ ਖਾਲਸਾ ਸਿਰਜਣਾ ਦੇ ਦੀਆਂ ਬਹੁਤ-ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ ਇਹ ਇਟਲੀ ਸਾਹਿਤੋਰ ਸੰਗਮ ਸਭਾ ਇਟਲੀ ਜੋ ਕਿ ਪਿਛਲੇ ਕੁਝ ਸਾਲਾਂ ਤੋਂ ਇਟਲੀ ਦੇ ਵਿੱਚ ਪੰਜਾਬੀ ਸਾਹਿਤ ਨੂੰ ਉੱਪਰ ਚੁੱਕਣ ਦੇ ਵਾਸਤੇ ਬਣਾਈ ਗਈ ਸੀਗੀ ਇਸ ਸਭਾ ਦੇ ਵੱਲੋਂ ਇਸ ਸਾਲ ਖਾਲਸਾ ਸੱਜਣਾ ਦੇ ਸਬੰਧ ਵਿੱਚ ਕੁਝ ਨਜ਼ਮਾਂ ਪੇਸ਼ ਕਰਨ ਦਾ ਉਪਰਾਲਾ ਜੋ ਕੀਤਾ ਗਿਆ ਹੈ ਉਸਦੇ ਵਾਸਤੇ ਮੈਂ ਸਿੱਖ ਚੈਨਲ ਔਰ ਸਿੱਖ ਚੈਨਲ ਵੱਲੋਂ ਸਰਦਾਰ ਸਵਰਨਜੀਤ ਸਿੰਘ ਜੀ ਕੋਤੜਾ ਕੋਤੜਾ ਸਟੂਡੀਓ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਉਪਰਾਲਾ ਕਰਨ ਦਾ ਵਾਸਤੇ ਵਿਸ਼ੇਸ਼ ਤੌਰ ਤੇ ਸਾਨੂੰ ਇਹ ਉਪਰਾਲਾ ਸਾਡੇ ਕੋਲੋਂ ਕਰਵਾਇਆ ਔਰ ਅਸੀਂ ਆਪਣੀ ਸਭਾ ਵੱਲੋਂ ਇੱਕ ਵਾਰ ਦੁਬਾਰਾ ਫੇਰ ਸਮੂਹ ਸੰਗਤਾਂ ਨੂੰ ਖਾਲਸਾ ਸਿਰਜਣਾ ਦਿਖਦੀਆਂ ਵਧਾਈਆਂ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਜੋ ਨਜ਼ਮ ਪੇਸ਼ ਕਰਨ ਜਾ ਰਿਹਾ ਹਾਂ ਆਪਣੀ ਸਭਾ ਦੇ ਵੱਲੋਂ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਸਾਜਿਆ ਸੀ ਉਸ ਵੇਲੇ ਦੇ ਸੀਨ ਨੂੰ ਬਿਆਨ ਕਰਦੀ ਹੈ ਵਿੱਚ ਅਨੰਦਪੁਰ ਦੇ ਕੀਤਾ ਕੱਠ ਭਾਰੀ ਵਿੱਚ ਅਨੰਦਪੁਰ ਦੇ ਕੀਤਾ ਕੱਠ ਭਾਰੀ ਰੌਣਕ ਰੌਣਕਾਂ ਛਾਈਆਂ ਨੇ ਸੰਗਤਾਂ ਦੂਰ ਦੂਰ ਤੋਂ ਕਰ ਪੈਂਡਾ ਦਰਸ਼ਨ ਕਰਨ ਗੁਰਾਂ ਦੇ ਆਈਆਂ ਨੇ ਸੰਗਤਾਂ ਦੂਰ ਦੂਰ ਤੋਂ ਕਰ ਪੈਂਡਾ ਦਰਸ਼ਨ ਕਰਨ ਗੁਰਾਂ ਦੇ ਆਈਆਂ ਨੇ ਹਰ ਕੋਈ ਖੁਸ਼ੀ ਵਿੱਚ ਫਿਰੇ ਝੂਮਦਾ ਹਰ ਕੋਈ ਖੁਸ਼ੀ ਵਿੱਚ ਫਿਰੇ ਝੂਮਦਾ ਜਸ ਗੁਰਾਂ ਦੇ ਗਾ ਰਿਹਾ ਪਉਣਾ ਵੀ ਲਾਈ ਸ਼ੈਬਰਪਰੀਆਂ ਗੀਤ ਗਾਉਣ ਆਈਆਂ ਨੇ ਪੋਣਾ ਵੀ ਲਾਈ ਸ਼ੈਬਰ ਪਰੀਆਂ ਗੀਤ ਗਾਉਣ ਆਈਆਂ ਨੇ ਬਾਜਗੁਰਾਂ ਦੇ ਨਾ ਜਾਣਦਾ ਕੋਈ ਜੋ ਖੇੜ ਅਜ ਵਰਤਣੀ ਜੀ ਬਾਜਗੁਰਾਂ ਦੇ ਨਾ ਜਾਣਦਾ ਕੋਈ ਜੋ ਖੇੜ ਅਜ ਵਰਤਣੀ ਜੀ ਜਵਾਨੀ ਖਾਲਸੇ ਦੀ ਗੁਰਾਂ ਨੇ ਜਵਾਨੀ ਖਾਲਸੇ ਦੀ ਗੁਰਾਂ ਨੇ ਲਾ ਕੇ ਧਾਰ ਉਤੇ ਪਰਖਣੀ ਜੀ ਗੁਰੂ ਨਾਨਕ ਦੇ ਪੰਥ ਨੂੰ ਦੇਣਾ ਹਾਰ ਸ਼ਿੰਗਾਰ ਕੇ ਰੂਪ ਨਵਾਂ ਗੁਰੂ ਨਾਨਕ ਦੇ ਪੰਥ ਨੂੰ ਦੇਣਾ ਹਾਰ ਸ਼ਿੰਗਾਰ ਕੇ ਰੂਪ ਨਵਾਂ ਮਰਦਾ ਹੋ ਚੁੱਕਿਆਂ ਵਿੱਚ ਰੂਹ ਇੱਕ ਨਵੀਂ ਫੂਕਣੀ ਜੀ ਮਰਦਾ ਹੋ ਚੁੱਕਿਆਂ ਵਿੱਚ ਰੂਹ ਇੱਕ ਨਵੀਂ ਫੂਕਣੀ ਜੀ ਲਿਸ਼ਕਾ ਕੇ ਤਲਵਾਰ ਗੁਰੂ ਜੀ ਸੀਸ ਦੀ ਮੰਗ ਕਰਦੇ ਨੇ ਲਿਸ਼ਕਾ ਕੇ ਤਲਵਾਰ ਗੁਰੂ ਜੀ ਸੀਸ ਦੀ ਮੰਗ ਕਰਦੇ ਨੇ ਸ਼ੇਰ ਵਾਂਗ ਜਦ ਕਰਜੇ ਬੰਦ ਹੋਈ ਕਈਆਂ ਦੀ ਧੜਕਣੀ ਜੀ ਸ਼ੇਰ ਵਾਂਗ ਜਦ ਕਰਜੇ ਬੰਦ ਹੋਈ ਕਈਆਂ ਦੀ ਧੜਕਣੀ ਜੀ ਦਇਆ ਰਾਮ ਤੇ ਬਾਕੀ ਚਾਰ ਸਿੱਖਾਂ ਸੀਸ ਗੁਰੂ ਦੇ ਚਰਨੀ ਟਿਕਾ ਦਿੱਤਾ ਦਇਆ ਰਾਮ ਤੇ ਬਾਕੀ ਚਾਰ ਸਿੱਖਾਂ ਸੀਸ ਗੁਰੂ ਦੇ ਚਰਨੀ ਟਿਕਾ ਦਿੱਤਾ ਗੁਰਾਂ ਸਜਾ ਕੇ ਪੰਜ ਪਿਆਰੇ ਖਾਲਸ ਖਾਲਸਾ ਸਜਾ ਦਿੱਤਾ ਗੁਰਾਂ ਸਜਾ ਕੇ ਪੰਜ ਪਿਆਰੇ ਖਾਲਸ ਖਾਲਸਾ ਸਜਾ ਦਿੱਤਾ ਆਪੇ ਗੁਰੂ ਆਪੇ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਆਪੇ ਚੇਲਾ ਵਾਹੋ ਵਾਹ ਗੋਬਿੰਦ ਸਿੰਘ ਪਿਲਾ ਕੇ ਪੌਲ ਖੰਡੇ ਦੀ ਸਿੰਘ ਸੂਰਾ ਬਣਾ ਦਿੱਤਾ ਵਾ ਆਪੇ ਗੁਰੂ ਆਪੇ ਚੇਲਾ ਵਾਹੋ ਵਾਹ ਗੋਬਿੰਦ ਸਿੰਘ ਪਿਲਾ ਕੇ ਪੌਲ ਖੰਡੇ ਦੀ ਸਿੰਘ ਸੂਰਾ ਬਣਾ ਦਿੱਤਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ